दर्श तेरे की प्यास मन लागी, दर्श तेरे की प्यास मन लागी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਵਰਨਜੀਤ ਸਿੰਘ ਹੈ ਅਤੇ ਮੈਂ ਅਡੋਲ ਮਾਈਂਡਸ ਦੁਆਰਕਾ ਦਾ ਇੱਕ ਨਿਮਾਣਾ ਜਿਹਾ ਮੈਂਬਰ ਹਾਂ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੇ ਕਾਣ ਨਾ ਕੀਜੈ। ਇਹ ਕਿਸ ਤਰ੍ਹਾਂ ਦਾ ਚੈਲੇਂਜ ਗੁਰੂ ਨਾਨਕ ਸਾਹਿਬ ਸਾਨੂੰ ਦੇ ਰਹੇ ਹਨ ਕਿ ਅਗਰ ਤੁਸੀਂ ਇਸ ਮਾਰਗ 'ਤੇ ਚੱਲਣਾ ਹੈ ਤਾਂ ਆਪਣਾ ਸਿਰ ਆਪਣੀ ਤਲੀ ਉੱਤੇ ਰੱਖ ਕੇ ਆਓ। ਇਸ ਸਲੋਕ ਦੀ ਗਹਿਰਾਈ ਨੂੰ ਸਮਝਣ ਲਈ ਸ਼ਾਇਦ ਇੱਕ ਜੀਵਨ ਵੀ ਕਾਫੀ ਨਹੀਂ ਹੈ। ਅਤੇ ਇਹ ਇੱਕ ਵੀਡੀਓ ਵੈਬ ਸੀਰੀਜ਼ ਹੈ ਜਿਹਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਸਦਾ ਕਿ ਸਿਰਨਾਉ ਹੈ ਜੋ ਤੋ ਪ੍ਰੇਮ ਖਿਲਣ ਕਾ ਚਾਓ। ਅਤੇ ਅਸੀਂ ਇਸ ਸਲੋਕ ਦੀ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਮਾਰਗ ਸਾਡੇ ਲਈ ਕੀ ਹੈ। 20ਵੀਂ ਸਦੀ ਦੇ ਸ਼ੁਰੂ ਵਿੱਚ ਐਲਬਰਟ ਆਈਨਸਟਾਈਨ, ਜੋ ਕਿ ਅੱਜ ਤੱਕ ਦੇ ਸਭ ਨਾਲ ਜੀਨੀਅਸ ਸਾਇੰਟਿਸਟ ਮੰਨੇ ਗਏ ਸਨ, ਉਹਨਾਂ ਨੇ ਕਿਹਾ ਸੀ ਕਿ ਆਈ ਐਮ ਪਜ਼ਲਡ ਬਾਏ ਦਾ ਆਰਡਰ ਆਫ ਦਾ ਯੂਨੀਵਰਸ ਐਂਡ ਐਟ ਦਾ ਸੇਮ ਟਾਈਮ ਡਿਸਆਰਡਰ ਆਫ ਦਾ ਹਿਊਮਨ ਮਾਇੰਡ। ਯਾਨੀ ਕਿ ਇਹ ਮੇਰੇ ਲਈ ਬਹੁਤ ਵੱਡੀ ਪਹੇਲੀ ਹੈ ਕਿ ਪੂਰੀ ਦੀ ਪੂਰੀ ਕਾਇਨਾਤ ਦੇ ਅੰਦਰ ਇੱਕ ਬਹੁਤ ਸੋਹਣੀ ਸੁਵਿਵਸਥਾ ਹੈ, ਜਦੋਂ ਕਿ ਇਨਸਾਨ ਦੇ ਦਿਮਾਗ ਵਿੱਚ ਹਮੇਸ਼ਾ ਇੱਕ ਹਲਚਲ ਚੱਲ ਰਹੀ ਹੁੰਦੀ ਹੈ। ਅੱਜ ਤੋਂ 800 ਸਾਲ ਪਹਿਲਾਂ ਸ਼ੇਖ ਫਰੀਦ ਜੀ ਨੇ ਇਸ ਸਵਾਲ ਦਾ ਜਵਾਬ ਦਿੱਤਾ ਸੀ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਯਾਨੀ ਕਿ ਅੱਜ ਹੀ ਤੂੰ ਸੱਚਾਈ ਨਾਲ ਰੂਬਰੂ ਹੋ ਸਕਦਾ ਹੈ ਜੇ ਤੂੰ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਵੇਂ ਅਤੇ ਜੋ ਤੇਰੇ ਦਿਮਾਗ 'ਚ ਹਲਚਲ ਚੱਲ ਰਹੀ ਹੈ ਉਹਨੂੰ ਸ਼ਾਂਤ ਕਰ ਦੇਵੇਂ। ਜੀਵਨ ਹਰ ਕੋਈ ਜਿਉਂਦਾ ਹੈ, ਪਰ ਜੀਵਨ ਨੂੰ ਸਮਝ ਕੇ ਕੋਈ ਕੋਈ ਮਨੁੱਖ ਜਿਉਂਦਾ ਹੈ। ਅੱਜ ਦੀ ਇੱਕ ਧਾਰਮਿਕ ਦੁਨੀਆ ਇੱਕ ਸੋਸ਼ਲ ਫਾਰਮੈਲਿਟੀ ਬਣ ਕੇ ਰਹਿ ਗਈ ਹੈ, ਔਰ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਧਰਮ ਦੀ ਇਸ ਦੁਨੀਆ ਵਿੱਚ ਲੋੜ ਹੈ ਵੀ ਕਿ ਨਹੀਂ। ਇਹ ਸਵਾਲ ਉੱਠਣਾ ਵਾਜਿਬ ਵੀ ਹੈ, ਕਿਉਂਕਿ ਧਰਮ ਦੇ ਨਾਂ ਥੱਲੇ ਅੱਜ ਬਹੁਤ ਕੁਝ ਐਸਾ ਹੋ ਰਿਹਾ ਜੋ ਕਿ ਨਹੀਂ ਸੀ ਹੋਣਾ ਚਾਹੀਦਾ। ਦੂਸਰੀ ਤਰਫ ਇਹ ਵੀ ਸਵਾਲ ਉੱਠਦਾ ਹੈ ਕਿ ਅੱਜ ਦੀ ਜਿੰਨੀ ਵੀ ਪ੍ਰੋਗਰੈਸ ਹੈ ਉਹ ਸਾਇੰਸ ਨਾਲ ਰਿਲੇਟਿਡ ਹੈ, ਤਾਂ ਫਿਰ ਧਰਮ ਦਾ ਕੀ ਰੋਲ ਰਹਿ ਗਿਆ? ਜੇ ਇਨਸਾਨ ਚਾਹੇ ਤਾਂ ਕੀ ਉਹ ਆਪਣੇ ਆਪ ਇੱਕ ਅੱਛਾ ਮਨੁੱਖ ਨਹੀਂ ਬਣ ਸਕਦਾ? ਕਿ ਵਾਕਈ ਉਹਨੂੰ ਧਰਮ ਦੀ ਲੋੜ ਹੈ? ਲੰਬੇ ਸਮੇਂ ਤੋਂ ਦੁਨੀਆ 'ਚ ਇੱਕ ਇਹ ਡਿਬੇਟ ਵੀ ਹੁੰਦੀ ਆਈ ਹੈ ਕਿ ਪਰਮਾਤਮਾ ਹੈ ਵੀ ਹੈ ਕਿ ਨਹੀਂ ਹੈ, ਪਰ ਅਗਰ ਪਰਮਾਤਮਾ ਹੈ ਤਾਂ ਫਿਰ ਦੁਨੀਆ ਵਿੱਚ ਇੰਨੀਆਂ ਦੁੱਖ ਤਕਲੀਫਾਂ ਕਿਉਂ ਹਨ? ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਟਰੀਜ਼ ਨੇ ਜਿਹਦੇ ਨਾਲ ਇੱਕ ਆਮ ਇਨਸਾਨ ਕਨਫਿਊਜ਼ ਹੋ ਜਾਂਦਾ ਹੈ। ਸਾਨੂੰ ਜੀਵਨ ਦੇ ਕੁਝ ਮੁੱਢਲੇ ਸਵਾਲਾਂ ਦੇ ਜਵਾਬ ਮਿਲਣੇ ਬਹੁਤ ਜ਼ਰੂਰੀ ਹਨ। ਬਿਨਾਂ ਉਹਨਾਂ ਸਵਾਲਾਂ ਦੇ ਜਵਾਬ ਮਿਲੇ ਅਸੀਂ ਅਲੱਗ ਅਲੱਗ ਡਾਇਰੈਕਸ਼ਨ ਵਿੱਚ ਚਲੇ ਜਾਂਦੇ ਹਾਂ। ਅੱਜ ਅਸੀਂ ਇੱਕ ਇਨਫੋਰਮੇਸ਼ਨ ਏਜ ਵਿੱਚ ਰਹਿ ਰਹੇ ਹਾਂ ਜਿੱਥੇ ਕਿ ਸਾਡੇ ਕੋਲ ਐਕਚੁਅਲੀ ਹਰ ਸਵਾਲ ਦੇ ਇੱਕ ਤੋਂ ਜ਼ਿਆਦਾ ਜਵਾਬ ਅਵੇਲੇਬਲ ਨੇ, ਔਰ ਇਹ ਵੀ ਕਾਰਨ ਹੈ ਕਿ ਇਨਸਾਨ ਹੁਣ ਹੋਰ ਵੀ ਜ਼ਿਆਦਾ ਕਨਫਿਊਜ਼ ਹੋ ਰਿਹਾ ਹੈ। ਇਨਸਾਨ ਦਾ ਜੀਵਨ ਇੱਕ ਠੀਕ ਰਸਤਾ ਪਕੜ ਸਕੇ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੋ ਸਾਡੇ ਦਿਲਾਂ ਵਿੱਚੋਂ ਸਵਾਲ ਉੱਠ ਰਹੇ ਹਨ ਉਹਨਾਂ ਦੇ ਜਵਾਬ ਕਿਸੇ ਡੀਪ ਰੂਟਿਡ ਫਿਲੋਸਫੀ ਵਿੱਚੋਂ ਨਿਕਲ ਕੇ ਬਾਹਰ ਆਉਣ, ਤਾਂ ਕਿ ਅਸੀਂ ਜੀਵਨ ਦਾ ਠੀਕ ਰਸਤਾ ਪਕੜ ਸਕੀਏ ਔਰ ਉਸ ਠੀਕ ਰਸਤੇ 'ਤੇ ਚੱਲ ਕੇ ਜੋ ਵੀ ਜੀਵਨ ਦਾ ਮਕਸਦ ਹੈ ਅਸੀਂ ਉਹਨੂੰ ਪਾ ਸਕੀਏ। ਇਹਨਾਂ ਹੀ ਮਿਸਟਰੀਜ਼ ਨੂੰ ਸਮਝਣ ਲਈ ਅਤੇ ਸੋਲਵ ਕਰਨ ਲਈ ਅਸੀਂ ਗੁਰਬਾਣੀ ਦੇ ਆਧਾਰ 'ਤੇ ਕਾਫੀ ਕੁਝ ਸਵਾਲਾਂ ਦੇ ਜਵਾਬ ਢੂੰਡਣ ਦੀ ਕੋਸ਼ਿਸ਼ ਕਰਾਂਗੇ, ਔਰ ਇਹ ਵੈਬ ਸੀਰੀਜ਼
ਤੁਹਾਡੇ ਤੱਕ ਕਈ ਪ੍ਰੋਗਰਾਮਸ ਦੇ ਜ਼ਰੀਏ ਅਸੀਂ ਪਹੁੰਚਾਵਾਂਗੇ। ਇਸ ਟੋਟਲ ਪ੍ਰੋਗਰਾਮ ਨੂੰ ਅਸੀਂ ਬਹੁਤ ਸਾਰੇ ਲਾਈਫ ਮੋਡਿਊਲਸ ਦੇ ਵਿੱਚ ਡਿਵਾਈਡ ਕੀਤਾ ਹੈ, ਫਿਰ ਹਰ ਲਾਈਫ ਮੋਡਿਊਲ ਨੂੰ ਅਸੀਂ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕੀਤਾ ਹੈ ਤਾਂ ਕਿ ਆਪ ਆਪਣੇ ਸਮੇਂ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਇਹਨਾਂ ਮੋਡਿਊਲਸ ਨੂੰ ਦੇਖ ਸਕੋ। ਅਤੇ ਇੱਕ ਸੀਰੀਜ਼ ਹੀ ਲਗਾਤਾਰ ਚੱਲਦੀ ਰਹੇ ਜਿਹਦੇ ਨਾਲ ਕਿ ਸਾਨੂੰ ਆਹਿਸਤਾ ਆਹਿਸਤਾ ਗੁਰਬਾਣੀ ਦੇ ਰਾਹ 'ਤੇ ਗੁਰੂ ਨਾਨਕ ਸਾਹਿਬ ਦੁਆਰਾ ਦੱਸਿਆ ਹੋਇਆ ਕੀ ਰਸਤਾ ਹੈ ਉਹ ਸਮਝ ਆ ਸਕੇ। ਇਸ ਸੀਰੀਜ਼ ਦੀ ਨੰਬਰਿੰਗ ਅਸੀਂ ਇਸ ਤਰ੍ਹਾਂ ਕੀਤੀ ਹੈ, ADOL-P-LM1-P1, ਜਿਸਦਾ ਕਿ ਮਤਲਬ ਹੈ ਪੰਜਾਬੀ ਦੀ ਲਾਈਫ ਮੋਡਿਊਲ 1 ਪਾਰਟ 1, ਫਿਰ ਇਹ ਕੰਟੀਨਿਊ ਹੁੰਦਾ ਹੋਇਆ ਪਾਰਟ 2, ਪਾਰਟ 3, ਪਾਰਟ 4। ਇਸੀ ਤਰ੍ਹਾਂ ਲਾਈਫ ਮੋਡਿਊਲ 2, ਲਾਈਫ ਮੋਡਿਊਲ 3, ਲਾਈਫ ਮੋਡਿਊਲ 4 ਦੇ ਵੀ ਪਾਰਟ 1, ਪਾਰਟ 2, ਪਾਰਟ 3, ਪਾਰਟ 4 ਚੱਲਦੇ ਰਹਿਣਗੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਡੇ ਤੱਕ ਇਹ ਸਾਰੇ ਦੇ ਸਾਰੇ ਲਾਈਫ ਮੋਡਿਊਲਸ ਪਹੁੰਚਾ ਸਕੀਏ। ਇਸ ਵੈਬ ਸੀਰੀਜ਼ ਦੇ ਇਨੀਸ਼ੀਏਟਿਵ ਦਾ ਸਾਡਾ ਇੱਕ ਮਕਸਦ ਇਹ ਵੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੁਆਰਾ ਦੱਸੇ ਹੋਏ ਜੀਵਨ ਦੇ ਰਾਹ ਨੂੰ ਸਮਝ ਸਕੀਏ, ਅਤੇ ਜੀਵਨ ਵਿੱਚ ਜਦੋਂ ਵੀ ਕੋਈ ਐਸੀ ਸਿਚੁਏਸ਼ਨ ਆਏ ਜਿੱਥੇ ਸਾਨੂੰ ਡਿਸੀਜ਼ਨ ਲੈਣਾ ਪਏ ਤਾਂ ਅਸੀਂ ਗੁਰਬਾਣੀ ਦੇ ਰਾਹ 'ਤੇ ਡਿਸੀਜ਼ਨ ਲੈ ਸਕੀਏ। ਇਸ ਪ੍ਰੋਗਰਾਮ ਸੀਰੀਜ਼ ਨਾਲ ਤੁਸੀਂ ਕਨੈਕਟ ਹੋ ਸਕਦੇ ਹੋ, ਇਹਨਾਂ ਵੀਡੀਓਜ਼ ਨੂੰ ਆਪਣੇ ਹਰ ਜਾਣਕਾਰ ਤੱਕ ਪਹੁੰਚਾ ਕੇ, ਜਾਂ ਫਿਰ ਉਹ ਸਵਾਲ ਪੁੱਛ ਕੇ ਜਿਨ੍ਹਾਂ ਦਾ ਕਿ ਤੁਸੀਂ ਜਵਾਬ ਜਾਣਨਾ ਚਾਹੁੰਦੇ ਹੋ। ਤੁਹਾਡੇ ਇਨਵੋਲਵ ਹੋਣ ਦਾ ਸਾਨੂੰ ਇੰਤਜ਼ਾਰ ਰਹੇਗਾ। ਸਾਡਾ ਮੇਲਿੰਗ ਐਡਰੈਸ ਹੈ adolminds@gmail.com, ਅਤੇ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਸਹਿਯੋਗ ਦੀ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਲੈ ਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਦਰਸ਼ ਤੇਰੇ ਕੀ।